ਜਸਬੀਰ ਮਾਨ ਦੀ ਕਹਾਣੀ ਧਰਮ ਦੀ ਧੀ ਰਾਣੀ ਗੁਰਦੁਆਰਾ ਸਾਹਿਬ ਦੀ ਬਾਹਰਲੀ ਕੰਧ ਉੱਪਰ ਲੱਗੇ ਬੁਲੇਟਿਨ ਬੋਰਡ ਉੱਪਰ ਆਪਣੀ ਖਾਲੀ ਪਈ ਬੇਸਮੈਂਟ ਅਜੇ ਲਗਾ ਕੇ ਹੀ ਆ ਟੀਸੀ ਕਿ ਉਹਨੂੰ ਪਿੱਛੋਂ ਦੀ ਆਵਾਜ਼ ਸੁਣੀ beta ਇੱਥੇ ਕੋਈ ਆਸੇ ਪਾਸੇ ਖਾਲੀ ਬੇਸਮੈਂਟ ਹੈਗੀ ਹੈ ਜਦ ਰਾਣੀ ਨੇ ਆਪਣਾ ਮੂੰਹ ਪਿੱਛੇ ਵੱਲ ਭੁਆ ਕੇ ਵੇਖਿਆ ਤਾਂ ਇੱਕ ਚੰਗੀ ਉਮਰ ਦਾ ਚਿੱਟੀ ਦਾੜੀ ਵਾਲਾ ਬਜ਼ੁਰਗ ਖੜਾ ਪੁੱਛ ਰਿਹਾ ਸੀ ਜਿਹਦੇ ਹੱਥ 'ਚ ਕਾਲੇ ਰੰਗ ਦੀ ਛਤਰੀ ਫੜੀ ਹੋਈ ਸੀ ਹਾਂਜੀ ਅੰਕਲ ਜੀ ਬੇਸਮੈਂਟ ਲੱਭਦੇਓ ਕਿੰਨੇ ਬੈਡਰੂਮ ਦੀ ਇੱਕ ਦੀ ਜਾਂ ਦੋ ਦੀ ਰਾਣੀ ਨੇ ਬਜ਼ੁਰਗ ਵੱਲ ਵੇਖ ਕੇ ਪੁੱਛਿਆ ਇੱਕ ਰੂਮ ਦੀ ਚਾਹੀਦੀ ਆ ਬੇਟਾ ਬਸ ਅਸੀਂ ਦੋਵੇਂ ਜੀ ਆ ਮੈਂ ਤੇ ਮੇਰੀ ਘਰ ਵਾਲੀ ਕੋਈ ਹੈਗੀ ਨਿਗਾਹ ਚ ਬਜ਼ੁਰਗ ਨੇ ਤਰਲਾ ਜੇ ਪਾਉਣ ਵਾਲੀ ਆਵਾਜ਼ ਚ ਪੁੱਛਿਆ ਹਾਂਜੀ ਅੰਕਲ ਜੀ ਮੈਂ ਅਜੀ ਹੁਣੇ ਹੀ ਇੱਥੇ ਲਗਾ ਕੇ ਹਟੀਆਂ ਆ ਵੇਖੋ ਮੇਰੀ ਬੇਸਮੈਂਟ ਖਾਲੀ ਐ ਜੋ ਕਿ ਇੱਕ ਬੈਡਰੂਮ ਦੀ ਹੀ ਐ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਵੇਖ ਸਕਦੇ ਹੋ ਕਿੱਥੇ ਐ ਇਤੋਂ ਕਿੰਨੀ ਦੂਰ ਐ ਕਿੰਨਾ ਕਰਾਇਆ ਬਜ਼ੁਰਗ ਨੇ ਉਤਸੁਕਤਾ ਜ਼ਾਹਰ ਕਰਦਿਆਂ ਹੋਇਆਂ ਰਾਣੀ ਤੋਂ ਇਕਦਮੀ ਕਿੰਨੇ ਸਾਰੇ ਸਵਾਲ ਪੁੱਛੇ ਆ ਨਾਲ ਹੀ ਹੈ ਪੈਦਲ ਚੱਲ ਕੇ ਮਸਾਂ 10-15 ਮਿੰਟ ਹੀ ਲੱਗਦੇ ਨੇ ਕਿਰਾਇਆ 500 ਡਾਲਰ ਹੈ ਮੈਂ ਤੁਹਾਨੂੰ ਲਾਂਡਰੀ ਤੇ ਕੇਬਲ ਦੀ ਤਾਰ ਵੀ ਵਿੱਚ ਹੀ ਦੇ ਦੇਵਾਂਗੀ ਰਾਣੀ ਦੀ ਗੱਲ ਸੁਣ ਕੇ ਬਜ਼ੁਰਗ ਇਕਦਮੀ ਉਹਦੇ ਨਾਲ ਜਾਣ ਲਈ ਤਿਆਰ ਹੋ ਗਿਆ ਰਾਣੀ ਆਪ ਵੀ ਪੈਦਲ ਹੀ ਆਈ ਸੀ ਉਸੇ ਵਕਤ ਹੀ ਬਜ਼ੁਰਗ ਨੂੰ ਆਪਣੇ ਨਾਲ ਲੈ ਕੇ ਆਪਣੇ ਘਰ ਪਹੁੰਚ ਗਈ ਘਰ ਦੇ ਮੁੱਖ ਦਰਵਾਜ਼ੇ ਨੂੰ ਖੋਲ ਕੇ ਅੰਦਰ ਚਲੀ ਗਈ ਅੰਦਰ ਜਾ ਕੇ ਉਹਨੇ ਬੇਸਮੈਂਟ ਦਾ ਦਰਵਾਜ਼ਾ ਵੀ ਬਜ਼ੁਰਗ ਲਈ ਅੰਦਰੋਂ ਹੀ ਖੋਲ ਦਿੱਤਾ ਬਜ਼ੁਰਗ ਅੰਦਰ ਆ ਗਿਆ ਬੇਸਮੈਂਟ ਵਾਹ ਵਾ ਖੁੱਲੀ ਡੁੱਲੀ ਸਾਫ਼ ਸੁਥਰੀ ਤੇ ਹਵਾਦਾਰ ਸੀ ਜਿਹਨੂੰ ਵੇਖ ਕੇ ਬਜ਼ੁਰਗ ਬਹੁਤ ਖੁਸ਼ ਹੋਇਆ ਉਹ ਆਸੇ ਪਾਸੇ ਬਾਹਰ ਵੱਲ ਨੂੰ ਵੇਖਦਾ ਹੋਇਆ ਰਾਣੀ ਨੂੰ ਕਿਰਾਏ ਬਾਰੇ ਪੁੱਛਣ ਲੱਗਾ ਭਾਵੇਂ ਰਾਣੀ ਕਿਰਾਇਆ ਪਹਿਲਾਂ ਵੀ ਉਹਨੂੰ ਦੱਸ ਚੁੱਕੀ ਸੀ ਫਿਰ ਵੀ ਉਹਨੇ ਕਿਰਾਇਆ 500 ਡਾਲਰ ਦੇ ਵਿੱਚ ਹੀ ਲੰਢਰੀ ਕੇਬਲ ਬਜ਼ੁਰਗ ਨੂੰ ਦੁਬਾਰਾ ਦੱਸ ਦਿੱਤਾ ਬਜ਼ੁਰਗ ਕਿਰਾਇਆ ਸੁਣ ਕੇ ਥੋੜਾ ਜਿਹਾ ਚੁੱਪ ਕਰ ਗਿਆ ਉਹ ਆਪਣੇ ਮੂੰਹ 'ਚੋਂ ਮੁੰਚ ਕੋਈ ਹਿਸਾਬ ਕਿਤਾਬ ਜਾਂ ਲਾਉਣ ਲੱਗਾ ਫਿਰ ਉਹਨੇ ਆਪਣੇ ਬਟੂਏ ਚੋਂ 100 ਡਾਲਰ ਕੱਢਿਆ ਰਾਣੀ ਨੂੰ ਫੜਾਣਿਆ ਕਹਿਣ ਲੱਗਾ ਬੇਟਾ ਆ ਫੜ ਤੂੰ 100 ਡਾਲਰ ਬਾਕੀ ਦੇ ਕੱਲ ਦੇ ਜਾऊंगा ਕੱਲ ਨੂੰ ਹੀ ਤੇਰੀ ਆਂਟੀ ਨੂੰ ਲਿਆ ਕੇ ਬੇਸਮੈਂਟ ਵੀ ਦਿਖਾ ਜਾऊंगा ਰਾਣੀ ਬਜ਼ੁਰਗ ਤੋਂ 100 ਡਾਲਰ ਲੈਣ ਤੋਂ ਇਨਕਾਰ ਕਰਦੀ ਕਹਿਣ ਲੱਗੀ ਕੋਈ ਗੱਲ ਨਹੀਂ ਅੰਕਲ ਜੀ ਤੁਸੀਂ ਕੱਲ ਨੂੰ ਹੀ ਦੇ ਜਾਓ ਤੇ ਨਾਲ ਹੀ ਆਂਟੀ ਜੀ ਨੂੰ ਵੀ ਬੇਸਮੈਂਟ ਦਿਖਾ ਜਾਓ ਜੇ ਉਹਨਾਂ ਨੂੰ ਪਸੰਦ ਹੋਈ ਤਾਂ ਨਹੀਂ ਨਹੀਂ ਬੇਟਾ ਪਸੰਦ ਨੂੰ ਕੀ ਹੈ ਪਸੰਦ ਹੀ ਹੋਣੀ ਹੈ ਉਸ ਜੇਲ੍ਹਖਾਨੇ ਨਾਲੋਂ ਤਾਂ ਚੰਗਾ ਹੈ ਕਿ ਅਸੀਂ ਇੱਥੇ ਆਰਾਮ ਦੇ ਨਾਲ ਰਹਾਂਗੇ ਕੋਲੇ ਗੁਰੂ ਘਰ ਹੈ ਜੱਜੀ ਕੀ ਤਾਂ ਜਾ ਕੇ ਮੱਥਾ ਵੀ ਟੇਕ ਆਇਆ ਕਰਾਂਗੇ ਹਾਂਜੀ ਅੰਕਲ ਜੀ ਗੁਰੂ ਘਰ ਦੇ ਨਾਲ-ਨਾਲ ਇੱਥੇ ਸਾਰੇ ਗਰੋਸਰੀ ਸਟੋਰ ਫਰੂਟੀ ਕੰਨਾ ਵਾਲਮਾਰਟ ਵੀ ਲੱਗ ਗਈ ਹਨ ਜੋ ਵੀ ਚੀਜ਼ ਇੱਥੋਂ ਲੈਣੀ ਹੋਵੇ ਸਾਰੀ ਮਿਲ ਜਾਂਦੀ ਹੈ ਪੈਦਲ ਵੀ ਜਾ ਸਕਦੇ ਆ ਤੇ ਜੇਕਰ ਬੱਸ ਤੇ ਜਾਣਾ ਹੋਵੇ ਤਾਂ ਆ ਬੱਸ ਸਟਾਪ ਵੀ ਲੱਗ ਗਈ ਹੈ ਹਰ ਇੱਕ ਅੱਧੇ ਘੰਟੇ ਬਾਅਦ ਇੱਥੇ ਬੱਸ ਰੁਕਦੀ ਹੈ ਸਭ ਸਹੂਲਤਾਂ ਨੇੜੇ ਹੀ ਹਨ ਤਾਨੂੰ ਇਥੇ ਕੋਈ ਸਮੱਸਿਆ ਨਹੀਂ ਆਏਗੀ ਰਾਣੀ ਜਿਵੇਂ ਜਿਵੇਂ ਬਜ਼ੁਰਗ ਨੂੰ ਸਾਰੀਆਂ ਸਹੂਲਤਾਂ ਦੇ ਬਾਰੇ ਦੱਸਦੀ ਗਈ ਤੇਵੇਂ-ਤਵੇਂ ਬਜ਼ੁਰਗ ਦੇ ਮੂੰਹ ਤੇ ਖੇੜਾ ਆਉਂਦਾ ਗਿਆ ਉਹ ਆਪਣੀ ਛਤਰੀ ਚੁੱਕ ਕੇ ਕੱਲ ਨੂੰ ਆਉਣ ਦਾ ਵਾਅਦਾ ਕਰਕੇ ਜੇ ਜਾਣ ਹੀ ਲੱਗਾ ਸੀ ਕਿ ਰਾਣੀ ਨੇ ਉਹਨੂੰ ਨਾਲ ਹੀ ਪੁੱਛ ਲਿਆ ਅੰਕਲ ਜੀ ਹੁਣ ਤੁਸੀਂ ਕਿੱਥੇ ਰਹਿੰਦੇ ਹੋ ਘਰ ਜਾਂ ਫਿਰ ਬੇਸਮੈਂਟ ਵਿੱਚ ਬੇਟੇ ਨਾਲ ਜਾਂ ਫਿਰ ਬੇਟੀ ਨਾਲ ਨਾ ਬੇਟੀ ਨਾ ਬੇਟਾ ਪੁੱਤ ਨਾ ਘਰ ਨਾ ਬੇਸਮੈਂਟ ਬਸ ਕੰਜਰਖਾਨਾ ਐ ਦੀ ਇੱਕ ਲੰਮਾ ਸਾਰਾ ਹੋਕਾ ਲੈ ਕੇ ਬਜ਼ੁਰਗ ਬੋਲੇਆ ਕੰਜਰਖਾਨੇ ਦਾ ਨਾਮ ਸੁਣ ਕੇ ਰਾਣੀ ਨੇ ਆਪਣੇ ਪਰਵੱਟੇ ਇਕਦਮ ਉਤਾਂ ਚੁੱਕ ਲਏ ਆਪਣਾ ਹੱਥ ਆਪਣੇ ਮੂੰਹ ਤੇ ਰੱਖ ਲਈ ਇਕਦਮ ਬੋਲੀ ਕੰਜਰਖਾਨਾ ਕੰਜਰਖਾਨਾ ਅੰਕਲ ਜੀ ਧੀਏ ਕੰਜਰਖਾਨਾ ਹੀ ਹੋਇਆ ਨਾ ਜਿੱਥੇ ਬਜ਼ੁਰਗਾਂ ਦੀ ਕੋਈ ਲੋ ਲਿਹਾਜ਼ ਨਾ ਹੋਵੇ ਕੋਈ ਇੱਜ਼ਤ ਮਾਨ ਨਾ ਹੋਵੇ ਹਰ ਸਮੇਂ ਉਹਨਾਂ ਨੂੰ ਨੀਵਾ ਦਿਖਾਉਣ ਦੀ ਥਾਂ ਰੱਖੀ ਹੋਵੇ ਉਹਦੀ ਗੱਲ ਅਜੇ ਪੂਰੀ ਨਹੀਂ ਸੀ ਹੋਈ ਕਿ ਰਾਣੀ ਵਿੱਚੇ ਹੀ ਬੋਲ ਪਈ ਅੰਕਲ ਜੀ ਫੇਰ ਤਾਂ ਤੁਸੀਂ ਬਹੁਤ ਹੀ ਔਖੇ ਲੱਗਦੇ ਹੋ ਉਹਨੂੰ ਇਹ ਗੱਲ ਪੁੱਛ ਕੇ ਜਿਸ ਤਰ੍ਹਾਂ ਰਾਣੀ ਨੇ ਉਹਦੀ ਦੁੱਖ ਦੀ ਲਗ ਤੇ ਹੱਥ ਧਰ ਦਿੱਤਾ ਹੋਵੇ ਫਿਰ ਕਿਸੇ ਉਹ ਛਿੜ ਪਿਆ ਇਸ ਤਰ੍ਹਾਂ ਜਿਸ ਤਰ੍ਹਾਂ ਉਹਦਾ ਅੰਦਰਲਾ ਕੜ ਪਾਟ ਗਿਆ ਹੋਵੇ ਹਾਂ ਤੇ ਇਹ ਦੁਖੀ ਇੰਨਾ ਜਿਹਦਾ ਹਿਸਾਬ ਕੋਈ ਨਾ ساری ਜ਼ਿੰਦਗੀ ਹਲਵਾ ਆ ਬਹੁਤ ਹੀ ਸਖਤ ਮਿਹਨਤ ਕੀਤੀ ਅੱਠ ਭੈਣ ਭਰਾ ਸੀ ਜਦ ਸਾਡਾ ਬਾਪ ਸਾਨੂੰ ਇਸ ਦੁਨੀਆ ਤੋਂ ਛੱਡ ਕੇ ਤੁਰ ਗਿਆ ਸੀ ਚਾਰ ਭੈਣਾਂ ਸੀ ਚਾਰ ਭਰਾ ਮੈਂ ਸਭ ਤੋਂ ਵੱਡਾ ਸੀ ਫਿਰ ਕੀ ਸੀ ਮੇਰੇ ਪਿਓ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਗਈ ਮੈਂ ਉਦੋਂ ਮਸਾ 17 18 ਵਰਿਆਂ ਦਾ ਹੋਵਾਂਗਾ ਚਾਰ ਗੁਮਾ ਜ਼ਮੀਨ ਸੀ ਬਾਪ ਮੇਰੇ ਦੀ ਉਸ ਵਿੱਚ ਸਾਰਾ ਟੱਬਰ ਪਾਲਿਆ ਸਾਰਾ ਸਾਰਾ ਦਿਨ ਹਾਲ ਵਾਉਣਾ ਗੱਡਾ ਜੋੜਨਾ ਕਿੰਟਲ ਕਿੰਟਲ ਦੀ ਬੋਰੀ ਸਬੂਤੀ ਮੋਢਿਆਂ ਤੇ ਚੁੱਕੀ ਫਿਰਨਾ ਸਵੇਰੇ ਸ਼ਾਮ ਮਿੱਟੀ ਨਾਲ ਮਿੱਟੀ ਗੋਹੇ ਨਾਲ ਗੋਹੇ ਗੋਹਾ ਹੋਏ ਰਹਿਣਾ ਫਿਰ ਸਾਰੇ ਭੈਣ ਭਰਾਵਾਂ ਦੇ ਵਿਆਹ ਕੀਤੇ ਫਿਰ ਆਪਦਾ ਕਰਾਇਆ ਫਿਰ ਆ ਨਿਆਣੇ ਹੋਏ ਜਿਹੜੇ ਕੱਲ ਦੇ ਛੋਕਰੇ ਨੇ ਤੇ ਅੱਜ ਮੈਨੂੰ ਦੱਸਦੇ ਨੇ ਕਿ ਤੂੰ ਕੀਤਾ ਕੀ ਇਨਾ ਦੋਹਾਂ ਨੂੰ ਪੜਾਇਆ ਕੈਨੇਡਾ ਭੇਜਿਆ ਫਿਰ ਦੋਹਾਂ ਦੇ ਵਿਆਹ ਕੀਤੇ ਹੋਰ ਦੱਸਦੀ ਏ ਬੰਦਾ ਹੋਰ ਕੀ ਕਰ ਦਵੇ ਦੋਹਾਂ ਨੂੰ 10-10 ਕਰਵਾਈਆਂ ਵੱਡਾ ਤਾਂ ਚੱਲਦਾ ਹੀ ਨਹੀਂ ਸੀ 8ਵੀਂ ਤੋਂ ਬਾਅਦ ਕਹਿੰਦਾ ਮੈਂ ਨਹੀਂ ਪੜਨਾ ਮੈਂ ਕਿਹਾ ਓਏ ਤੂੰ ਪੜ ਲੈ ਚੰਗਾ ਰਹੇਗਾ ਨਹੀਂ ਤਾਂ ਆ ਮੇਰੇ ਅੰਗੂ ਔਖੇ ਕੰਮ ਕਰਨੇ ਪੈਣਗੇ ਇਹ ਨਹੀਂ ਤੇਰੇ ਕੋਲ ਹੋਣੇ ਖਿੱਚ ਧੂਕੇ ਮਸਾਂ ਦਸਵੀਂ ਕੀਤੀ ਫੇਰਾ ਬਾਹਰ ਆਉਣ ਦਾ ਚੱਕਰ ਪਾ ਬੈਠਾ ਇਹਦੇ ਹਿੱਸੇ ਆਉਂਦੇ 4 ਸਿਆੜ ਵੀ ਗਹਿਣੇ ਤਾਰਤੇ ਔਖੇ ਬਾਹਰ ਜਾ ਕੇ ਤੁਹਾਡੇ ਸਭ ਰੋਣੇ ਧੋਣੇ ਧੋ ਦਿਆਂ ਉੜਕੇ ਕੰਜਰ ਭੁੱਲੀ ਗਿਆ ਕਿ ਕੀ ਵਾਦਾ ਕਰਕੇ ਆਇਆ ਸੀ 25 ਸਾਲੀ ਵਿਆਹ ਕਰਾਉਣ ਚਲਾ ਗਿਆ ਉਹ ਵੀ ਖਾਲੀ ਹੱਥ ਲੈ ਕੇ ਫਿਰ ਇਹਦਾ ਵਿਆਹ ਕੀਤਾ ਇਹ ਤੋਂ ਬਾਅਦ ਛੋਟਾ ਮਗਰ ਪੈ ਗਿਆ ਉਹਦੇ ਸਿਰ ਤੇ ਕੈਨੇਡਾ ਦਾ ਭੂਤ ਸਵਾਰ ਹੋ ਗਿਆ ਜੋ ਕੁਝ ਕੋਲੇ ਸੀ ਧੀ ਉਹ ਵੀ ਉਹਨੂੰ ਕੁਲੰਜਕੇ ਦੇ ਦਿੱਤਾ ਕੰਜਰਾ ਨੇ ਇਹ ਵੀ ਸੋਚਿਆ ਵੀ ਇਹ ਦੋਵੇਂ ਜਣੇ ਕੀ ਖਾਣਗੇ ਜਿਵੇਂ ਸਿਆਣੇ ਕਹਿੰਦੇ ਨੇ ਪੁੱਤ ਕੋ ਪੁੱਤ ਹੋ ਸਕਦੇ ਆ ਪਰ ਮਾਪੇ ਕੋ ਮਾਪੇ ਨਹੀਂ ਹੋ ਸਕਦੇ ਇਵੇਂ ਧੀ ਆਪਣੇ ਬਾਰੇ ਕੁਝ ਨਹੀਂ ਸੋਚਿਆ ਇਹਨਾਂ ਦੋਹਾਂ ਤੋਂ ਬਗੈਰ ਪਰ ਸਾਨੂੰ ਕੀ ਪਤਾ ਸੀ ਵੀ ਇਹਨਾਂ ਨੇ ਸਾਡਾ ਬੁੱਢੇਪਾ ਰੋਲਣਾ ਤੇ ਇਹ ਜੇ ਕੋਈ ਚੰਗਾ ਹੋਵੇ ਤਾਂ ਕਦੇ ਵੀ ਆਪਣੇ ਹੱਥ ਵੜ ਕੇ ਨਾ ਦੇਵੇ ਬਜ਼ੁਰਗ ਨੇ ਇਹ ਗੱਲ ਇੱਕ ਲੰਮਾ ਹੋਕਾ ਲੈ ਕੇ ਆਖੀ ਉਹ ਨਾਲ ਹੀ ਆਪਣੀ ਕਹਾਣੀ ਨੂੰ ਅੱਗੇ ਤੋਰਦਿਆਂ ਦੱਸਣ ਲੱਗਾ ਸਾਨੂੰ ਛੋਟਾ ਮੁੰਡਾ ਕਹਿੰਦਾ ਕਿ ਮੈਂ ਤੁਹਾਨੂੰ ਕੈਨੇਡਾ ਸੱਦਣਾ ਕੈਨੇਡਾ ਕਾਹਦਾ ਸੱਦਿਆ ਨਿਆਣੇ ਸੰਭਲ ਲਈ ਸੱਦ ਲਿਆ 4 ਸਾਲ ਹੋ ਗਏ ਸਾਨੂੰ ਆਿਆਂ ਨੂੰ ਇੱਕ ਦਿਨ ਵੀ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ ਛੋਟੇ ਨੇ ਸੱਦਿਆ ਸੀ ਸਾਨੂੰ ਸਾਡੀ ਐਸੀ ਹਾਲਤ ਕੀਤੀ ਕਿ ਕਿਸੇ ਦੁਸ਼ਮਣ ਨਾਲ ਨਾ ਹੋਵੇ ਉਹਦੇ ਘਰ ਵਾਲੀ ਇੰਨੀ ਕਪੱਤੀ ਐ ਵੀ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੀ। ਇਹੋ ਜੇ ਕੱਪੜੇ ਪਾਉਂਦੀ ਐ ਧੀਏ ਕੋਲ ਬੈਠਿਆਂ ਨੂੰ ਸ਼ਰਮ ਆਉਂਦੀ ਐ। ਤੂੰ ਸਾਡੀਆਂ ਧੀਆਂ ਵਰਗੀਆਂ ਪੁੱਤ ਤੂੰ ਹੀ ਦੱਸ। ਸਾਡੀਆਂ ਨੂਹਾਂ ਧੀਆਂ ਨੂੰ ਨੰਗੇਜ਼ ਸ਼ੋਭਦਾ ਪਹਿਲਾਂ। ਸ਼ਰਮ ਦੇ ਮਾਰਿਆਂ ਨੇ ਜਦ ਅਸੀਂ ਦੂਜੇ ਬੱਠਣ ਵਾਲੇ ਕਮਰੇ 'ਚ ਜਾ ਕੇ ਬਹਿਣਾ। ਉਹਨਾਂ ਦੋਹਾਂ ਨੇ ਕਹਿਣਾ ਤੁਸੀਂ ਉੱਥੇ ਨਹੀਂ ਬੈਠ ਸਕਦੇ। ਇਹ ਆਏਗਾ ਇਹ ਲਈ। ਸੋਫੇ ਗੰਦੇ ਹੁੰਦੇ ਨੇ। ਜੇ ਦੂਜੇ 'ਚ ਬਹਿਣਾ ਤਾਂ ਕਹਿਣਾ ਉੱਥੇ ਨਹੀਂ ਬਹਿਣਾ। ਕੀ ਬੰਦਾ ਸਾਰੀ ਦਿਹਾੜੀ ਕਮਰੇ 'ਚ ਹੀ ਤੜਿਆ ਰਹੇ। ਹਾਰ ਕੇ ਮੈਂ ਵੱਡੇ ਮੁੰਡੇ ਨੂੰ ਕਹਿਤਾ ਵੀ ਤੂੰ ਸਾਨੂੰ ਲੈ ਜਾ ਸਕਦਾ ਤਾਂ ਲੈ ਜਾ ਨਹੀਂ ਤਾਂ ਸਾਨੂੰ ਇੰਡੀਆ ਭੇਜ ਦੇ ਦਿਹਾੜੀ ਕਰਕੇ ਖਾ ਲਾਂਗੇ ਆਪਣੇ ਨਗਰ ਚ ਕੋਈ ਮਹਿਣਾ ਨਹੀਂ ਪਹਿਲਾਂ ਤਾਂ ਉਹ ਵੀ ਨਾ ਕਰ ਗਿਆ ਫਿਰ ਆ ਕੇ ਲੈ ਗਿਆ ਉਹ ਵੀ ਲਿਜਾ ਕੇ ਸਾਨੂੰ ਉੱਥੇ ਮੈਨੂੰ ਆਪਣੀ ਘਰ ਵਾਲੀ ਦੇ ਨਾਲ ਕਲੀਨ ਅਪ ਕਰਨ ਲਈ ਭੇਜ ਦਿਆ ਕਰੇ ਸਾਰੀ ਸਾਰੀ ਰਾਤ ਮੇਰੇ ਤੋਂ ਉੱਥੇ ਕੰਮ ਕਰਵਾਏ ਤੇ ਪੈਸੇ ਸਾਰੇ ਆਪਣੀ ਜੇਬ ਚ ਪਾ ਲਿਆ ਕਰੇ ਤੇ ਮੇਰੀ ਘਰ ਵਾਲੀ ਵੀ ਨਾਲੇ ਸਾਰਾ ਦਿਨ ਨਿਆਣੇ ਸੰਭੇ ਨਾਲੇ ਘਰ ਦਾ ਕੰਮ ਕਰਿਆ ਕਰੇ ਨੂੰ ਬਸ ਦਾਲ ਦਾ ਇੱਕ ਵੱਡਾ ਸਾਰਾ ਪਤੀਲਾ ਧਰ ਦਿਆ ਕਰੇ ਤੇ ਆਖੇ ਖਾਈ ਚੱਲੂ ਓਨਾ ਚਿਰ ਜਿੰਨਾ ਚਿਰ ਮੁੱਕਦੀ ਨਹੀਂ ਆਪ ਬਾਹਰੋਂ ਰੋਜ਼ ਖਾਣਾ ਆਰਡਰ ਕਰਨ ਸਾਲ ਬਾਅਦ ਬੇਟਾ ਰਖੜੀਆਂ ਆਈਆਂ ਮੈਂ ਆਪਣੇ ਮੁੰਡੇ ਨੂੰ ਕਿਹਾ ਮੇਰੀਆਂ ਭੈਣਾਂ ਇੰਡੀਆ ਐ ਉਹਨਾਂ ਵਿਚਾਰੀਆਂ ਨੂੰ ਕੁਝ ਪੈਸੇ ਪਾ ਦਿਓ ਅੱਗੋਂ ਮੇਰੀ ਨੂੰਹ ਬੋਲੀ ਇੱਕ ਅੱਧੀ ਹੁੰਦੀ ਤਾਂ ਅਸੀਂ ਪੈਸੇ ਪਾ ਦਿੰਦੀ ਇੰਨੀਆਂ ਨੂੰ ਪਾ ਕੇ ਅਸੀਂ ਲੁੱਟ ਹੋਣੇ ਮੈਂ ਉਹਨਾਂ ਨੂੰ ਕਿਹਾ ਓਏ ਮੈਂ ਤੁਹਾਡੇ ਕੋਲੋਂ ਕੁਝ ਨਹੀਂ ਲਿਆ ਤੇ ਮੈਂ ਤੁਹਾਡੇ ਬਰਾਬਰ ਕੰਮ ਕਰਦਾ ਮੇਰੇ ਉਹਨਾਂ ਪੈਸਿਆਂ 'ਚ ਵੀ ਪਾ ਦਿਓ ਬਸ ਬੇਟਾ ਪੇ ਜੇ ਨਾ ਪੈਸੇ ਕਿਹਨੇ ਭੇਜਣੇ ਸੀ ਟਾਲਮਟੋਲੀ ਕਰਦਾ ਫਿਰ ਕੀ ਸੀ ਧੀਏ ਮੈਂ ਤਾਂ ਕਹਿਤਾ ਮੈਂ ਤਾਂ ਅੱਧੇ ਪੈਸੇ ਲੈਣੇ ਨੇ ਨਹੀਂ ਤਾਂ ਮੈਂ ਨਹੀਂ ਜਾਣਾ ਕੰਮ ਤੇ ਅੱਗੋ ਸਾਡੀ ਨੂਹ ਕਹਿੰਦੀ ਤੁਸੀਂ ਰੋਟੀ ਨਹੀਂ ਖਾਂਦੇ ਦੋਵੇਂ ਜਣੇ ਮੈਂ ਕਿਹਾ ਤੁਸੀਂ ਅਜੇ ਸਾਡੀ ਰੋਟੀ ਨੌਲ ਦਿਓ ਕੋਲੂ ਦੇ ਬੈਲਾਂ ਨੂੰ ਸਾਡੇ ਕੋਲੋਂ ਕੰਮ ਕਰਾਉਂਦੇ ਹੋ ਅਜੇ ਸਾਡੀ ਰੋਟੀ ਦੁਖਦੀ ਹੈ ਤੁਹਾਨੂੰ ਬਸ ਧੀਏ ਫਿਰ ਮੈਂ ਆਪਣੇ ਹਿੱਸੇ ਦੇ ਪੈਸੇ ਲੈਣੇ ਸ਼ੁਰੂ ਕਰਤੇ ਸਾਡੀ ਨੂਹ ਨੇ ਸਾਡੇ ਨਾਲ ਆਡਾ ਲਾਉਣਾ ਸ਼ੁਰੂ ਕਰਤਾ ਕੰਮ ਤੇ ਲੱਜਾ ਕੇ ਆਪ ਇੱਕ ਲੀਰ ਜੀ ਲੀਰ ਜੀ ਚੁੱਕੀ ਫਿਰਨਾ ਅਖੇ ਮੇਰੀ ਤਾਂ ਬੈਕ ਦੁਖਦੀ ਹੈ ਸਾਰਾ ਵੈਕਿਊਮ ਮੈਂ ਲਾਉਣਾ ਸਾਰਾ ਝਾੜੂ ਪੋਚਾ ਮੈਂ ਲਾਉਣਾ ਸਾਰਾ ਕੂੜਾ ਮੈਂ ਕੱਢਣਾ ਜਦ ਪੈਸੇ ਦੇਣ ਦੀ ਵਾਰੀ ਆਉਣੀ ਤਾਂ 3600 ਰੁਪਏ ਕੱਢਣੇ ਅਖੇ ਡੈਡੀ ਚੰਗੀ ਤਰ੍ਹਾਂ ਪੋਚਾ ਨਹੀਂ ਲਾਉਂਦਾ ਤੇ ਨਾ ਹੀ ਕੂੜਾ ਚੰਗੀ ਤਰ੍ਹਾਂ ਕੱਢਦਾ ਹਾਰ ਕੇ ਮੈਂ ਤਾਂ ਕਹਿਤਾ ਸੰਭੂ ਆਪਣਾ ਕੰਮ ਮੈਂ ਨਹੀਂ ਕਰਨਾ ਹੁਣ ਤੇ ਦੂਜੇ ਦਿਨ ਮੈਂ ਠੇਕੇਦਾਰ ਨਾਲ ਗੱਲ ਕਰਕੇ ਫਾਰਮਾਂ ਦਾ ਕੰਮ ਲੈ ਲਿਆ ਤੇਰੀ ਆਂਟੀ ਵੀ ਕਦੇ ਕਦੇ ਮੇਰੇ ਨਾਲ ਚਲੀ ਜਾਂਦੀ ਐ ਚਲ ਦੋਹਾਂ ਦੀਆਂ ਵੇਕਾਂ ਬਣ ਜਾਣਗੀਆਂ ਬਸ ਓਦਣ ਦੇ ਘਰ 'ਚ ਲੜਾਈ ਪਈ ਹੋਈ ਐ ਨੂੰ ਸਾਡੀ ਐਨਾ ਬੁਲਦੀ ਐ ਕਿ ਜਿਹੜਾ ਰਹੇ ਰੱਬ ਦਾ ਨਾਮ ਮੁੰਡਾ ਵੀ ਉਹਦੇ ਮਗਰ ਲੱਕੇ ਘੋਗੜ ਕਾਂ ਬਣਿਆ ਹੋਇਆ ਉਹ ਵੀ ਕਹਿੰਦਾ ਮੈਥੋਂ ਨਹੀਂ ਖਵਾਇਆ ਜਾਂਦਾ ਤੁਹਾਨੂੰ ਅਖੇ ਮੇਰੇ ਤਾਂ ਆਪਣੇ ਖਰਚੇ ਹੀ ਬਹੁਤ ਨੇ ਜਾਂ ਤਾਂ ਫਿਰ ਪੈਸੇ ਦਿਓ ਜਾਂ ਫਿਰ ਆਪਣੀ ਕੋਈ ਬੇਸਮੈਂਟ ਲੱਭ ਲਓ ਤੇਰੀ ਆਂਟੀ ਤਾਂ ਜੇ ਮੰਨਦੀ ਨਹੀਂ ਔਖੀ ਭਾਵੇਂ ਜਿੰਨੀ ਮਰਜ਼ੀ ਹੋ ਜਾਏ ਪਰ ਮੈਂ ਤਾਂ ਕਹਤਾਂ ਕਿ ਮੈਥੋਂ ਨਹੀਂ ਹੋਣੇ ਨਾ ਜਿਹੜਾ ਜਾਣਾ ਹੋਂ ਤਾਂ ਸਿਰ ਤੋਂ ਪਾਣੀ ਲੰਘ ਚੁੱਕਾ। ਬਜ਼ੁਰਗ ਦੀ ਕਹਾਣੀ ਅਜੇ ਖਤਮ ਨਹੀਂ ਸੀ ਹੋਈ ਪਰ ਉਹਦੀਆਂ ਅੱਖਾਂ 'ਚੋਂ ਹੰਝੂ ਤੇ ਗਲਪਾਰ ਆਇਆ ਸੀ। ਉਹਦਾ ਹੋਰ ਬੋਲਣਾ ਔਖਾ ਹੋ ਗਿਆ ਸੀ। ਰਾਣੀ ਉਹਨੂੰ ਦਿਲਾਸੇ ਦਿੰਦੀ ਦਿੰਦੀ ਭੱਜ ਕੇ ਉੱਪਰੋਂ ਪਾਣੀ ਦਾ ਗਲਾਸ ਤੇ ਗਰਾਜ 'ਚੋਂ ਉਹਦੇ ਬੈਠਣ ਲਈ ਕੁਰਸੀ ਚੁੱਕ ਕੇ ਲਿਆਈ। ਬਜ਼ੁਰਗ ਕੁਰਸੀ 'ਤੇ ਬੈਠ ਕੇ ਪਾਣੀ ਪੀਣ ਲੱਗਾ। ਪਾਣੀ ਪੀ ਕੇ ਗਲਾਸ ਨੂੰ ਥੱਲੇ ਫਰਸ਼ 'ਤੇ ਰੱਖ ਕੇ ਉਹਨੇ ਆਪਣੀ ਜੈਕਟ ਦੀ ਜੇਬ 'ਚੋਂ ਇੱਕ ਪਤਲੀ ਜੀ ਡਾਇਰੀ ਕੱਢੀ। ਰਾਣੀ ਨੂੰ ਫੜਾਉਂਦੇ ਕਹਿਣ ਲੱਗਾ ਬੇਟਾ ਇਸ ਡੈਰੀ ਤੋਂ ਉਹ ਨੰਬਰ ਕੱਢ ਜਿਹਦੇ ਪਿੱਛੇ ਵਾਲੇ ਨੰਬਰ 1511 ਅਤੇ 22A ਹਨ ਲੱਭ ਕੇ ਮੈਨੂੰ ਫੋਨ ਮਲਾ ਦੇ ਮੈਂ ਕੁੜੀ ਨੂੰ ਫੋਨ ਕਰ ਲਵਾਂ ਉਹ ਮੈਨੂੰ ਗੁਰਦੁਆਰਾ ਸਾਹਿਬ ਤੋਂ ਆ ਕੇ ਲੈ ਜਾਏਗੀ ਰਾਣੀ ਬਜ਼ੁਰਗ ਦੀ ਅਜੀਬ ਜਿਹੀ ਫੋਨ ਨੰਬਰਾਂ ਵਾਲੀ ਡੈਰੀ ਨੂੰ ਵੇਖ ਕੇ ਬਹੁਤ ਹੈਰਾਨ ਹੋਈ ਜਿਸ ਵਿੱਚ ਕਿਸੇ ਦਾ ਨਾਂ ਨਹੀਂ ਸੀ ਸਿਰਫ ਨੰਬਰ ਹੀ ਲਿਖੇ ਸੀ ਉਹਨੇ ਬਜ਼ੁਰਗ ਨੂੰ ਪੁੱਛਿਆ ਅੰਕਲ ਇੱਥੇ ਕਿਸੇ ਦਾ ਨਾਂ ਤਾਂ ਨਹੀਂ ਲਿਖਿਆ ਸਿਰਫ ਨੰਬਰ ਹੀ ਲਿਖੇ ਹੋਏ ਨੇ ਕੀ ਤੁਹਾਨੂੰ ਪਤਾ ਹੈ ਕਿ ਨੰਬਰ ਕਿਹਦੇ ਨੇ ਹਾਂ ਬੇਟਾ ਮੈਂ ਤਾਂ ਅਨਪੜਾ ਹਾਂ ਮੈਨੂੰ ਕਿਹੜਾ ਪੜਨਾ ਲਿਖਣਾ ਆਉਂਦਾ ਪਰ ਮੈਨੂੰ ਨੰਬਰਾਂ ਦੀ ਪਛਾਣ ਆ ਇਹ ਨੰਬਰ ਮੇਰੇ ਸਾਲੇ ਦੀ ਪੋਤੀ ਦਾ ਉਹ ਕਹਿੰਦੀ ਸੀ ਕੋਈ ਨਹੀਂ ਫੁੱਫੜ ਜੀ ਮੈਂ ਤੁਹਾਨੂੰ ਰੈਡ ਦੇ ਦਵਾਂਗੀ ਮੈਨੂੰ ਫੋਨ ਕਰ ਦਿਓ ਰਾਣੀ ਉਸ ਬਜ਼ੁਰਗ ਤੇ ਬਹੁਤ ਹੀ ਖੁਸ਼ ਹੋਈ ਉਹਨੇ ਫੋਨ ਮਿਲਾ ਕੇ ਉਹਨੂੰ ਦੇ ਦਿੱਤਾ ਉਹ ਫੋਨ ਤੇ ਗੱਲ ਕਰਕੇ ਗੁਰਦੁਆਰਾ ਸਾਹਿਬ ਵੱਲ ਨੂੰ ਤੁਰ ਪਿਆ ਰਾਣੀ ਤੁਰੇ ਜਾਂਦੇ ਬਜ਼ੁਰਗ ਨੂੰ ਦੂਰ ਤੱਕ ਵੇਂਦੀ ਰਹੀ ਜਦੋਂ ਨਜ਼ਰੋਂ ਲਿ ਹੋ ਗਿਆ ਤਾਂ ਬੇਸਪੰਡ ਦਾ ਦਰਵਾਜ਼ਾ ਬੰਦ ਕਰਕੇ ਉਹਦੇ ਕੱਲ ਨੂੰ ਆਉਣ ਦਾ ਇੰਤਜ਼ਾਰ ਕਰਨ ਲੱਗੀ ਅਗਲੇ ਦਿਨ ਮਿੱਥੇ ਸਮੇਂ ਅਨੁਸਾਰ ਬਜ਼ੁਰਗ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਆ ਗਿਆ। ਉਹਦੇ ਨਾਲ ਉਹਦਾ ਵੱਡਾ ਮੁੰਡਾ ਸੀ। ਉਹਨੇ ਆਪਣੀ ਜੇਬ ਚੋਂ ਕਰਾਇਆ ਕੱਢ ਕੇ ਰਾਣੀ ਨੂੰ ਦੇ ਦਿੱਤਾ। ਰਾਣੀ ਨੇ ਵੀ ਉਸੇ ਵਕਤ ਹੀ ਬੇਸਮੈਂਟ ਦੀ ਚਾਬੀ ਲੈ ਕੇ ਉਹਦੇ ਹੱਥੇ ਧਰਤੀ। ਬਜ਼ੁਰਗ ਦੀ ਪਤਨੀ ਥੋੜੀ ਉਦਾਸ ਲੱਗਦੀ ਸੀ ਪਰ ਬਜ਼ੁਰਗ ਤੇ ਉਹਦਾ ਪੁੱਤਰ ਬਹੁਤ ਖੁਸ਼ ਜਾਪਦੇ ਸੀ। ਅਗਲੇ ਦਿਨ ਦੁਪਹਿਰ ਵੇਲੇ ਉਹੀ ਮੁੰਡਾ ਪਿਕਅਪ ਵਿੱਚ ਉਹਨਾਂ ਦਾ ਸਮਾਨ ਛੱਡ ਗਿਆ ਤੇ ਨਾਲ ਹੀ ਉਹਨਾਂ ਦੋਹਾਂ ਨੂੰ ਵੀ ਉਦੋਂ ਮੈਂ ਪੂਰੇ 10 ਸਾਲ ਰਾਣੀ ਦੀ ਬੇਸਮੈਂਟ 'ਚ ਰਹੀ ਪਰ ਰਾਣੀ ਨੇ ਉਹਨਾਂ ਦੇ ਦੋਵੇਂ ਪੁੱਤਰਾਂ 'ਚੋਂ ਕਿਸੇ ਨੂੰ ਵੀ ਆਉਂਦਿਆਂ ਜਾਂਦਿਆਂ ਨਹੀਂ ਸੀ ਵਿਖਿਆ ਪਰ ਕਦੇ-ਕਦੇ ਬਜ਼ੁਰਗ ਦੇ ਸਾਲੇ ਦੀ ਕੁੜੀ ਜ਼ਰੂਰ ਘੇੜਾ ਮਾਰ ਜਾਇਆ ਕਰਦੀ ਸੀ ਉਹਨਾਂ ਨੂੰ ਕੁਝ ਲੋੜੀਂਦੀਆਂ ਚੀਜ਼ਾਂ ਵੀ ਲੈ ਕੇ ਦੇ ਜਾਇਆ ਕਰਦੀ ਸੀ ਉਦੋਂ ਮੇ ਪਤੀ ਪਤਨੀ ਫਾਰਮਾਂ ਵਿੱਚ ਸਾਲ ਦੇ 6 ਮਹੀਨੇ ਕੰਮ ਕਰਦੇ ਅੰਕਲ ਤਾਂ ਹਮੇਸ਼ਾ ਚੁਸਤ ਫੁਰਤ ਤੇ ਠੀਕ ਠਾਕ ਰਹਿੰਦਾ ਉਹਦੀ ਪਤਨੀ ਆਂਟੀ ਹਰ ਸਮੇਂ ਪੜੇ ਗੁੱਡਿਆਂ ਤੇ ਬੈਕ ਦਰਦ ਦੀ ਸ਼ਿਕਾਇਤ ਕਰਦੀ ਕਈ ਵਾਰੀ ਬੈਰੀ ਦੇ ਸੀਜ਼ਨ 'ਚ ਉਹਦੀਆਂ ਚਾਗਾਂ ਵੀ ਰਾਣੀ ਨੂੰ ਸੁਣਾਈ ਦਿੰਦੀਆਂ। ਉਹ ਰਾਣੀ ਨੂੰ ਆਖਦੀ ਸੀ ਕਿ ਉਹ ਕਿੰਨੀ ਔਖੀ ਹੋ ਕੇ ਬੈਰੀ ਤੋੜਦੀ ਐ। ਸਵੇਰ ਵੇਲੇ ਤਾਂ ਉਹਦਾ ਸਰੀਰ ਆਕੜਿਆ ਹੁੰਦਾ ਪਰ ਅੰਕਲ ਉਹਦੀ ਮਦਦ ਕਰਨ ਲਈ ਹਰ ਵੇਲੇ ਤਿਆਰ ਰਹਿੰਦਾ। ਪਹਿਲਾਂ ਉਸ ਲਈ ਚਾਹ ਬਣਾ ਕੇ ਦਿੰਦਾ ਫਿਰ ਉਹ ਦੋਵੇਂ ਬੈਰੀ ਤੇ ਲਜਾਂ ਲਈ ਲੰਚ ਤਿਆਰ ਕਰਦੇ। ਕਦੇ-ਕਦੇ ਰਾਣੀ ਵੀ ਉਹਨਾਂ ਲਈ ਖਾਣਾ ਬਣਾ ਦਿਆ ਕਰਦੀ ਸੀ। ਜਿਵੇਂ-ਜਿਵੇਂ ਸਮਾਂ ਲੰਘਦਾ ਗਿਆ ਤੇਵੇਂ-ਤੇਵੇਂ ਉਸ ਬਜ਼ੁਰਗ ਜੋੜੇ ਨੇ ਵੀ ਕੈਨੇਡਾ ਦੀ ਧਰਤੀ ਤੇ ਆਪਣੇ 10 ਸਾਲ ਪੂਰੇ ਕਰ ਲਏ। ਉਹ ਪੈਨਸ਼ਨ ਦੇ ਹੱਕਦਾਰ ਹੋ ਗਏ ਸੀ ਰਾਣੀ ਨੇ ਉਹਨਾਂ ਦੀ ਉਹਨਾਂ ਦੀ ਪੈਨਸ਼ਨ ਦੇ ਫਾਰਮ ਵੀ ਭਰਵਾ ਦਿੱਤੇ ਸੀ ਆਖਰ ਉਹ ਸਮਾਂ ਆ ਗਿਆ ਜਦੋਂ ਉਹਨਾਂ ਨੂੰ ਪੈਨਸ਼ਨ ਲੱਗ ਗਈ ਹੁਣ ਉਹ ਦੋਵੇਂ ਆਰਾਮ ਦੇ ਨਾਲ ਘਰ ਹੀ ਰਹਿੰਦੇ ਸਰੀਰ 'ਚ ਭਾਵੇਂ ਪਹਿਲਾਂ ਜਿਨੀ ਤਾਕਤ ਨਹੀਂ ਸੀ ਰਹੀ ਫਿਰ ਵੀ ਸੁਖੀ ਜੀਵਨ ਬਤੀਤ ਕਰਦੇ ਸਨ ਹੁਣ ਰਾਣੀ ਉਹਨਾਂ ਲਈ ਖਾਣਾ ਬਣਾਉਂਦੀ ਲਾਂਡਰੀ ਕਰਦੀ ਉਹਨਾਂ ਦੀ ਬੇਸਮੈਂਟ ਦੀ ਸਫਾਈ ਕਰਦੀ ਸੀ ਜਦ ਕਿਤੇ ਵੀ ਉਹਨਾਂ ਦੀ ਅਪਾਇੰਟਮੈਂਟ ਹੁੰਦੀ ਤਾਂ ਰਾਣੀ ਉਹਨਾਂ ਨੂੰ ਨਾਲ ਲੈ ਕੇ ਜਾਂਦੀ ਜਿੱਥੇ ਕਿਤੇ ਵੀ ਉਹਨਾਂ ਦੇ ਦਸਖਤਾਂ ਦੀ ਲੋੜ ਹੁੰਦੀ ਰਾਣੀ ਕਰ ਦਿੰਦੀ ਇਥੋਂ ਤੱਕ ਕਿ ਉਹਨਾਂ ਦੇ ਬੈਂਕ ਅਕਾਊਂਟ 'ਚ ਜਿੱਥੇ ਉਹਨਾਂ ਦੀ ਪੈਨਸ਼ਨ ਆਉਂਦੀ ਸੀ ਰਾਣੀ ਦਾ ਨਾਮ ਨਾਲ ਸੀ ਰਾਣੀ ਨੇ ਉਦੋਂ ਭਾਵੇਂ ਬੈਂਕ ਅਕਾਊਂਟ 'ਚ ਆਪਣਾ ਨਾਂ ਪਵਾਉਣ ਤੋਂ ਨਾ ਕਰਤੀ ਸੀ ਪਰ ਅੰਕਲ ਦੇ ਕਹਿਣ ਤੇ ਪੁੱਤ ਕਰਦੇ ਦਸਖਤ ਸਾਨੂੰ ਤੇਰੇ ਤੇ ਵਿਸ਼ਵਾਸ ਹੈ ਤੂੰ ਸਾਡੀ ਧਰਮ ਦੀ ਧੀ ਹੈ ਰਾਣੀ ਨੇ ਦਸਖਤ ਕਰਕੇ ਉਹਨਾਂ ਦੇ ਅਕਾਊਂਟ 'ਚ ਆਪਣਾ ਨਾਂ ਨਾਲ ਪਵਾ ਲਿਆ ਸੀ ਜਿਵੇਂ ਜਿਵੇਂ ਬੁੱਢੇਪਾ ਵਧਦਾ ਗਿਆ ਅੰਟੀ ਅੰਕਲ ਦੇ ਨਾਲ ਉਹ ਛੇਤੀ ਹੰਬ ਗਈ ਸੀ ਬਹੁਤ ਹੀ ਕਮਜ਼ੋਰ ਦਿੱਸਦੀ ਸੀ ਹੁਣ ਜੋ ਉਹਦੇ ਕਾਫੀ ਆਪਰੇਸ਼ਨ ਵੀ ਹੋ ਚੁੱਕੇ ਸੀ ਜਿਵੇਂ ਗੋਡਿਆਂ ਦੇ ਅੱਖਾਂ ਦੇ ਹਰਨੀਆਂ ਦੇ ਤੇ ਰਾਣੀ ਤੇ ਅੰਕਲ ਹਮੇਸ਼ਾ ਉਹਦਾ ਸਾਥ ਦਿੰਦੇ ਕਦੇ ਵੀ ਉਹਨੂੰ ਟੈਂਦੀਆਂ ਕਲਾਂਚ ਨਾ ਜਾਣ ਦਿੰਦੇ ਪਰ ਇਸ ਵਾਰ ਉਹ ਵਾਸ਼ਰੂਮ ਤੇ ਡਿੱਗ ਪਈ ਡਿੱਗਣ ਦੇ ਕਾਰਨ ਉਹਦਾ ਚੁੱਕਣਾ ਟੁੱਟ ਗਿਆ ਡਾਕਟਰਾਂ ਨੇ ਉਹਨੂੰ ਤੁਰਨ ਫਿਰਨ ਤੋਂ ਮਨਾ ਕਰ ਦਿੱਤਾ ਮੰਜੇ ਤੇ ਹੀ ਪਈ ਰਹਿੰਦੀ ਨਰਸ ਘਰ ਆ ਕੇ ਸ਼ਾਮ ਨੂੰ ਵੀ ਉਹਨੂੰ ਐਕਸਰਸਾਈਜ਼ ਕਰਵਾ ਜਾਂਦੀ ਫਿਰ ਵੀ ਉਸ ਤੋਂ ਪਹਿਲਾਂ ਵਾਲੀ ਤਾਕਤ ਨਾ ਰਹੀ ਉਮੰਝੇ ਤੇ ਪਈ ਹਰ ਸਮੇ ਆਪਣੇ ਮੁੰਡਿਆਂ ਨੂੰ ਮਿਲਣ ਲਈ ਤਾਂਘਦੀ ਉਹਨਾਂ ਨੂੰ ਫੋਨ ਕਰਨ ਦੇ ਲਈ ਰਾਣੀ ਨੂੰ ਬਾਹਰ-ਬਾਹਰ ਰੱਖਦੀ ਇੱਕ ਦਿਨ ਅੰਕਲ ਨੇ ਹਾਰ ਕੇ ਰਾਣੀ ਨੂੰ ਆ ਕੇ ਦਿੱਤਾ ਜਾਂ ਤੀਏ ਕਰ ਦੇ ਤੂੰ ਇਹਦੇ ਮੁੰਡਿਆਂ ਨੂੰ ਫੋਨ ਕਰ ਦੇ ਦੀ ਇਹ ਵੀ ਰੀਜ ਪੂਰੀ ਕਿਤੇ ਉਹਨਾਂ ਨੂੰ ਮਿਲਿਆਂ ਬਗੈਰ ਹੀ ਨਾ ਨਿਕਲ ਜਾਣੇ ਦੇ ਪ੍ਰਾਨ ਉਦਾਂ ਤਾਂ ਉਹਨਾਂ ਨੇ ਸਾਡੀ ਇੰਨੀ ਧੀਰ ਦੀ ਸਾਰ ਹੀ ਨਹੀਂ ਲਈ ਇੰਨੇ ਇਹਦੇ ਆਪਰੇਸ਼ਨ ਹੋਏ ਮੈਂ ਇੰਨਾ ਬਿਮਾਰ ਰਿਆ ਕੋਈ ਆਇਆ ਬਸ ਤੇਰਾ ਹੀ ਪੁੱਤ ਸਾਡੇ ਨਾਲ ਕੋਈ ਪਿਛਲਾ ਹਿਸਾਬ ਕਿਤਾਬ ਰਾਣੀ ਨੇ ਅੰਕਲ ਦੀ ਗੱਲ ਮੰਨ ਕੇ ਉਹਨਾਂ ਦੇ ਵੱਡੇ ਮੁੰਡੇ ਨੂੰ ਫੋਨ ਕਰਤਾ। ਉਸੇ ਦਿਨ ਆਉਣ ਦਾ ਵਾਅਦਾ ਕਰਕੇ ਚੌਥੇ ਦਿਨ ਆਪਣੇ ਛੋਟੇ ਭਰਾ ਨੂੰ ਨਾਲ ਲੈ ਕੇ ਆਇਆ। ਆਂਟੀ ਆਪਣੇ ਪੁੱਤਰਾਂ ਨੂੰ ਵੇਖ ਕੇ ਬਹੁਤ ਖੁਸ਼ ਹੋਈ। ਬਾਰ-ਬਾਰ ਉਹਨਾਂ ਕੋਲੋਂ ਉਹਨਾਂ ਦੀਆਂ ਪਤਨੀਆਂ, ਬੱਚਿਆਂ ਦੀ ਸੁੱਖ-ਸਾਂਦ ਪੁੱਛਦੀ ਰਹੀ। ਉਹਨਾਂ ਨੂੰ ਮਿਲਣ ਦੀ ਇੱਛਾ ਪ੍ਰਗਟ ਕਰਦੀ ਰਹੀ ਪਰ ਅੰਕਲ ਟਸ ਤੋਂ ਮਸਣਾ ਹੋਇਆ। ਉਹਨੇ ਦੋਹਾਂ ਮੁੰਡਿਆਂ 'ਚੋਂ ਕਿਸੇ ਨੂੰ ਨਾ ਬੁਲਾਇਆ। ਚੁੱਪਚਾਪ ਬੈਠਾ ਟੀਵੀਜ਼ਨ ਵੇਖਦਾ ਰਿਹਾ। ਦੋਵੇਂ ਮੁੰਡੇ ਮਸਾਦਾਂ ਕ ਘੰਟਾ ਬੈਠੇ। ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਆਉਣ ਦਾ ਆਪਣੀ ਮਾਂ ਨਾਲ ਵਾਅਦਾ ਕਰਕੇ ਚਲੇ ਗਏ। ਮੁੰਡਿਆਂ ਦੇ ਜਾਣ ਦੀ ਦੇਰ ਸੀ ਕਿ ਅੰਕਲ ਗੁੱਸੇ 'ਚ ਭਟਕ ਉੱਠਿਆ। ਕੰਟੀਨਿਊ ਇਸ ਤਰ੍ਹਾਂ ਤਾਨੇ ਮਿਹਣੇ ਦੇਣ ਲੱਗਾ ਜਿਸ ਤਰ੍ਹਾਂ ਉਹਨੇ ਕੋਈ ਬਹੁਤ ਵੱਡਾ ਗੁਨਾਹ ਕਰਤਾ ਹੋਵੇ। ਉਹਦਾ ਉੱਚੀ-ਉੱਚੀ ਬੋਲਦੇ ਦਾ ਮੂੰਹ ਲਾਲ ਸੁਆ ਹੋ ਗਿਆ। ਉਹ ਇਸ ਤਰ੍ਹਾਂ ਜਾਪ ਰਿਹਾ ਸੀ ਜਿਸ ਤਰ੍ਹਾਂ ਕੋਈ ਬੰਬ ਹੋਵੇ ਹੁਣੇ ਫਟ ਜਾਏਗਾ। ਸਭ ਕੁਝ ਚੱਕਨਾ ਚੂਰ ਕਰ ਜਾਏਗਾ। ਜਦੋਂ ਬੋਲਦਾ-ਬੋਲਦਾ ਆਪੇ ਤੋਂ ਬਾਹਰ ਹੋਣ ਲੱਗਾ ਰਾਣੀ ਉਹਨੂੰ ਮੋਢਿਆਂ ਤੋਂ ਫੜ ਕੇ ਉਹਦੇ ਕਮਰੇ 'ਚ ਲੈ ਗਈ। ਉਹਨੂੰ ਮੰਜੇ ਤੇ ਬਿਠਾ ਕੇ ਕਹਿਣ ਲੱਗਿਆ ਅੰਕਲ ਤੁਸੀਂ ਹੁਣ ਇੱਥੇ ਬੈਠੋ ਤੁਸੀਂ ਹੁਣ ਬਾਹਰ ਨਹੀਂ ਆ ਸਕਦੇ ਤੇ ਨਾ ਹੀ ਆਂਟੀ ਨੂੰ ਕੁਝ ਕਹਿ ਸਕਦੇ ਹੋ ਤੁਹਾਨੂੰ ਮੇਰੀ ਕਸਮ ਹਾਂ ਬੇਟਾ ਮੈਂ ਹੁਣ ਉਹਨੂੰ ਕੁਝ ਨਹੀਂ ਕਹਿੰਦਾ ਮੈਂ ਤੇਰੀ ਗੱਲ ਮੰਨਦਾ ਪਰ ਮੈਂ ਵੀ ਤੈਨੂੰ ਇੱਕ ਕਸਮ ਦਿੰਦਾ ਕਿ ਤੂੰ ਹੁਣ ਕਦੇ ਵੀ ਉਹਨਾਂ ਨੂੰ ਫੋਨ ਨਹੀਂ ਕਰੇਂਗੀ ਭਾਵੇਂ ਅਸੀਂ ਦੋਵੇਂ ਮਰੇ ਪਏ ਹੋਈਏ ਸਾਹੋ ਸਾਹ ਹੋਏ ਅੰਕਲ ਨੇ ਰਾਣੀ ਨੂੰ ਕਿਹਾ ਹਾਂ ਠੀਕ ਹੈ ਆਖ ਕੇ ਰਾਣੀ ਨੇ ਉਹਨੂੰ ਮੰਜੇ ਤੇ ਪਾ ਦਿੱਤਾ ਜਦੋਂ ਆਪਣੇ ਆਪਣਾ ਮੂੰਹ ਸੇ ਟੱਕ ਕੇ ਪੈ ਗਿਆ ਰਾਣੀ ਬਾਹਰ ਆ ਗਈ ਥੋੜਾ ਜੀ ਅੰਟੀ ਕੋਲ ਬੈਠੀ ਕੁਝ ਗੱਲਾਂ ਬਾਤਾਂ ਕਰਕੇ ਖਾਣਾ ਬਣਾਉਣ ਦੇ ਲਈ ਉੱਪਰ ਚਲੀ ਗਈ। ਤਕਰੀਬਨ 2 ਕੁ ਘੰਟਿਆਂ ਬਾਅਦ ਰਾਣੀ ਖਾਣਾ ਬਣਾ ਕੇ ਥੱਲੇ ਵਾਪਸ ਆਈ। ਉਹਨੇ ਸੋਫੇ ਤੇ ਬੈਠੀ ਅੰਟੀ ਨੂੰ ਪਹਿਲਾਂ ਪਲੇਟ 'ਚ ਖਾਣਾ ਪਾ ਕੇ ਦਿੱਤਾ। ਫਿਰ ਅੰਕਲ ਨੂੰ ਬੁਲਾਉਣ ਲਈ ਅੰਦਰ ਗਈ। ਅੰਦਰ ਜਾ ਕੇ ਵੇਖਿਆ ਅੰਕਲ ਫਰਸ਼ ਤੇ ਮੂਹਰੇ ਮੁੱਢੇ ਮੁੱਢ ਗਿਆ ਪਿਆ ਸੀ। ਰਾਣੀ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹਨੇ ਫਟਾਫਟ ਐਂਬੂਲੈਂਸ ਨੂੰ ਫੋਨ ਕਰਕੇ ਸੱਦਿਆ। ਉਹ ਅੰਕਲ ਦੀ ਚੈੱਕ-ਅਪ ਕਰਨ ਤੋਂ ਬਾਅਦ ਉਹਨੂੰ ਹਸਪਤਾਲ ਲੈ ਗਏ। ਰਾਣੀ ਵੀ ਆਪਣੀ ਕਾਰ ਲੈ ਕੇ ਉਹਨਾਂ ਦੇ ਪਿੱਛੇ ਚਲੀ ਗਈ ਉੱਥੇ ਪਹੁੰਚਣ ਸਾਰ ਡਾਕਟਰ ਨੇ ਉਹਨੂੰ ਦੱਸਿਆ ਕਿ ਮਰੀਜ਼ ਦੀ ਹਾਲਤ ਬਹੁਤ ਖਰਾਬ ਹੈ ਡਿੱਗਣ ਦੇ ਕਾਰਨ ਉਹਦੇ ਸਿਰ 'ਚ ਸੱਟ ਵੱਜੀ ਹੈ ਖੂਨ ਉਹਦੇ ਅੰਦਰ ਵਹਿ ਗਿਆ ਬਲੱਡ ਪ੍ਰੈਸ਼ਰ ਵੀ ਬਹੁਤ ਹਾਈ ਹੈ ਕੰਟਰੋਲ ਕਰਨ ਲਈ ਦਵਾਈਆਂ ਦਿੱਤੀਆਂ ਗਈਆਂ ਉਹਨਾਂ ਦੀ ਉਮਰ ਵੀ 90 ਪਲੱਸ ਹੋ ਗਈ ਹੈ ਇਸ ਕਰਕੇ ਇਹਨਾਂ ਦੇ ਸਰੀਰ 'ਚ ਇੰਨਾ ਕੁਝ ਸਹਿਣ ਦੀ ਤਾਕਤ ਨਹੀਂ ਹੈ ਇਸ ਕਰਕੇ ਮਰੀਜ਼ ਦੇ ਬਚ ਜਾਣ ਦੀ ਉਮੀਦ ਦੇਣੀ ਬਹੁਤ ਹੀ ਮੁਸ਼ਕਿਲ ਹੈ ਰਾਣੀ ਡਾਕਟਰ ਦੇ ਮੂੰਹੋਂ ਇਹ ਗੱਲ ਸੁਣ ਕੇ ਬਹੁਤ ਹੀ ਉਦਾਸ ਹੋ ਗਈ। ਉਹ ਭਰੇ ਮਨ ਨਾਲ ਡਾਕਟਰ ਕੋਲ ਅੰਕਲ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਨ ਬਾਰੇ ਅੱਕਣ ਲੱਗੀ। ਘਰ ਵਾਪਸ ਆਉਂਦਿਆਂ ਸਾਰੀ ਉਹਨੇ ਆਪਣਾ ਪਰਸ ਪੌੜੀਆਂ 'ਚ ਰੱਖਿਆ। ਸਿੱਧੀ ਬੇਸਮੈਂਟ 'ਚ ਆਂਟੀ ਨੂੰ ਵੇਖਣ ਚਲੀ ਗਈ। ਆਂਟੀ ਦੀ ਰੋਟੀ ਉਵੇਂ ਹੀ ਅੱਧ-ਪਚਦੀ ਮੇਜ਼ 'ਤੇ ਪਈ ਸੀ। ਆਂਟੀ ਅਜੇ ਜਾਗਦੀ ਸੀ ਉਹ ਸੋਫੇ 'ਤੇ ਹੀ ਪਈ ਸੀ। ਉਹਨੇ ਰਾਣੀ ਆਈ ਨੂੰ ਵੇਖ ਕੇ ਉੱਠਣਾ ਚਾਹਿਆ ਪਰ ਉਹ ਤੋ ਉੱਠਿਆ ਨਾ ਗਿਆ। ਰਾਣੀ ਨੇ ਸਹਾਰਾ ਦੇ ਕੇ ਉਹਨੂੰ ਉਠਾ ਦਿੱਤਾ ਤੇ ਸੋਫੇ ਨਾਲ ਢੋਲਵਾ ਕੇ ਬਿਠਾ ਦਿੱਤਾ। ਕੋਲ ਪਈ ਅੱਧੀ ਪਚ ਅੱਧੀ ਰੋਟੀ ਨੂੰ ਵੇਖ ਕੇ ਰਾਣੀ ਨੇ ਉਹਨੂੰ ਕਿਹਾ ਆਂਟੀਆ ਰੋਟੀ ਉੰਜੀ ਬਚੀ ਪਈ ਐ ਕੀ ਗੱਲ ਖਾਦੀ ਕਿਉਂ ਨਹੀਂ ਉਹ ਗਵਾਂਟੀ ਨੇ ਆਪਣੀ ਛਾਤੀ 'ਚ ਹੋ ਰਹੇ ਮੱਠੇ ਮੱਠੇ ਦਰਦ ਬਾਰੇ ਰਾਣੀ ਨੂੰ ਦੱਸਿਆ ਰਾਣੀ ਫਟਾਫਟ ਲੌਂਗ ਲੈ ਚੀਆਂ ਵਾਲੀ ਚਾਹ ਆਂਟੀ ਲਈ ਬਣਾਉਣ ਲੱਗੀ ਉਹਨੇ ਆਂਟੀ ਨੂੰ ਅੰਕਲ ਬਾਰੇ ਕੁਝ ਨਾ ਦੱਸਿਆ ਬਾਰ-ਬਾਰ ਰਾਣੀ ਤੋਂ ਅੰਕਲ ਬਾਰੇ ਪੁੱਛਦੀ ਰਹੀ ਪਰ ਰਾਣੀ ਅੰਕਲ ਠੀਕ ਐ ਇੰਜੀ ਜਵਾਬ ਦਿੰਦੀ ਰਹੀ ਉਹ ਚਾਹ ਬਣਾ ਕੇ ਖੁਦ ਹੀ ਆਂਟੀ ਨੂੰ ਪਿਲਾਉਣ ਲੱਗੀ ਦੋ ਘੁੱਟਾਂ ਭਰਨ ਤੋਂ ਬਾਅਦ ਆਂਟੀ ਨੂੰ ਉਥੂ ਆ ਗਿਆ ਤੇ ਰਾਣੀ ਦੀ ਗੋਦੀ 'ਚ ਹੀ ਲਟਕ ਗਈ। ਰਾਣੀ ਘਬਰਾ ਗਈ, ਕਾਬਰੀ ਹੋਈ ਰਾਣੀ ਕਦੇ ਆਂਟੀ ਦੀਆਂ ਗੱਲਾਂ ਤੇ ਹੱਥ ਮਾਰੇ ਕਦੀ ਛਾਤੀ ਤੇ ਉੱਚੀ-ਉੱਚੀ ਆਂਟੀ ਆਂਟੀ ਆ ਕੇ ਉਹਨੂੰ ਬੁਲਾਉਣ ਲੱਗੇ। ਪਰ ਆਂਟੀ ਤਾਂ ਬੇਹੋਸ਼ ਹੋ ਗਈ ਸੀ। ਉਹਦੀਆਂ ਅੱਖਾਂ ਉੱਪਰ ਚੜ ਗਏਆਂ। ਰਾਣੀ ਨੇ ਫਿਰ 911 ਕਾਲ ਕਰਕੇ ਐਂਬੂਲੈਂਸ ਮੰਗਵਾਈ। ਆਂਟੀ ਨੂੰ ਹਸਪਤਾਲ ਲੈ ਗਏ। ਰਾਣੀ ਵੀ ਉਹਨਾਂ ਦੇ ਮਗਰ ਆਪਣੀ ਕਾਰ 'ਚ ਹਸਪਤਾਲ ਪਹੁੰਚ ਗਈ। ਉੱਥੇ ਪਹੁੰਚਦੇ ਹੀ ਇਨਸਾਰ ਡਾਕਟਰਾਂ ਨੇ ਉਹਨੂੰ ਦੱਸਿਆ ਵੀ ਸ਼੍ਰੀਮਤੀ ਢਿੱਲੋਂ ਸਾਡੇ ਵਿੱਚਕਾਰ ਹੁਣ ਨਹੀਂ ਰਹੀ। ਇਹ ਸੁਣਦਿਆਂ ਸਾਰੀ ਰਾਣੀ ਦੀਆਂ ਭੁੱਬਾਂ ਨਿਕਲ ਗਈਆਂ ਰੋਂਦੀ ਰੋਂਦੀ ਉਸ ਕਮਰੇ ਵੱਲ ਨੂੰ ਚਲੀ ਗਈ ਜਿੱਥੇ ਅੰਕਲ ਜ਼ਿੰਦਗੀ ਤੇ ਮੌਤ ਵਿਚਕਾਰ ਲਟਕ ਰਿਹਾ ਸੀ ਅੰਕਲ ਕੋਲ ਜਾ ਕੇ ਉਹਦੀਆਂ ਭੁੱਬਾਂ ਨਿਕਲ ਗਈਆਂ ਅੰਕਲ ਦਾ ਹੱਥ ਫੜੂ ਉੱਚੀ ਉੱਚੀ ਰੋਣ ਲੱਗੀ ਉਹਦੀ ਹਾਲਤ ਪਾਗਲਾਂ ਵਰਗੀ ਹੋ ਰਹੀ ਸੀ ਉਹਨੂੰ ਕੁਝ ਨਹੀਂ ਸੀ ਸੋਝ ਰਿਆ ਕਿ ਉਹ ਕੀ ਕਰੇ ਉਹਨੂੰ ਜਪਦਾ ਸੀ ਕਿ ਜਿਸ ਤਰ੍ਹਾਂ ਉਸ ਤੇ ਅੱਜ ਦੁੱਖਾਂ ਦਾ ਪਹਾੜ ਟੁੱਟ ਗਿਆ ਹੋਵੇ ਅੱਜ ਦੀ ਘਟਨਾ ਨੇ ਉਹਨੂੰ ਸਿਰ ਤੋਂ ਪੈਰਾਂ ਤੱਕ ਹਿਲਾ ਦਿੱਤਾ ਸੀ ਉਹਨੂੰ ਜਾਪ ਰਿਆ ਸੀ ਅੱਜ ਉਹਦਾ ਉਹਨੂੰ ਜ਼ਰੂਰ ਕੁਝ ਹੋ ਜਾਏਗਾ ਉਹਦਾ ਸਿਰ ਫਟ ਰਿਆ ਸੀ ਉੱਚੀ ਉੱਚੀ ਰੋਣ ਲੱਗੀ ਅਚਾਨਕ ਇੱਕ ਨਰਸ ਨੇ ਉਸਕੋ ਲਾ ਕੇ ਕਿਹਾ ਦੀਦੀ ਤੁਹਾਨੂੰ ਡਾਕਟਰ ਸਾਹਿਬ ਨੇ ਨਰਸਿੰਗ ਸਟੇਸ਼ਨ ਤੇ ਬੁਲਾਇਆ ਰਾਣੀ ਆਪਣਾ ਮੂੰਹ ਪੂੰਝ ਕੇ ਨਰਸ ਦੇ ਪਿੱਛੇ ਤੁਰ ਪਈ ਗੋਰਾ ਡਾਕਟਰ ਹੱਥ 'ਚ ਕੁਝ ਪੇਪਰ ਲਈ ਖੜਾ ਰਾਣੀ ਦੀ ਉਡੀਕ ਕਰ ਰਿਹਾ ਸੀ ਜਦ ਰਾਣੀ ਮੁਸਕਲ ਪਹੁੰਚੀ ਉਹਨੇ ਕਿਹਾ ਰਾਣੀ ਜੀ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਮਿਸਟਰ ਢਿੱਲੋਂ ਦੇ ਬੱਚਨ ਦੀ ਹੁਣ ਕੋਈ ਉਮੀਦ ਨਹੀਂ ਰਹੀ ਇੰਜ ਜាប់ਦਾ ਹੈ ਉਹਨਾਂ ਦਾ ਹੁਣ ਇਸ ਸੰਸਾਰ ਤੋਂ ਜਾਣ ਦਾ ਸਮਾਂ ਆ ਗਿਆ ਇਸ ਕਰਕੇ ਮੈਂ ਚਾਹਣਾ ਜੇ ਤੁਸੀਂ ਚਾਹੋ ਤਾਂ ਇਹਨਾਂ ਪੇਪਰਾਂ ਤੇ ਤੁਸੀਂ ਦਸਖਤ ਕਰ ਦਿਓ ਤਾਂ ਕਿ ਜੋ ਲਾਈਫ ਸਪੋਰਟ ਲਈ ਨਾਲੀਆਂ ਉਹਨਾਂ ਦੇ ਲੱਗੀਆਂ ਅਸੀਂ ਉਹਨਾਂ ਨੂੰ ਲਾ ਦੇਈਏ ਤਾਂ ਕਿ ਉਹ ਕੁਦਰਤੀ ਢੰਗ ਦੇ ਨਾਲ ਆਪਣੇ ਬੱਚਦੇ ਸਾਹ ਪੂਰੇ ਕਰ ਸਕਣ ਡਾਕਟਰ ਦੇ ਮੂੰਹ ਇਹ ਗੱਲ ਸੁਣ ਕੇ ਰਾਣੀ ਦੀਆਂ ਭੁੱਬਾਂ ਨਿਕਲ ਗਈਆਂ ਉੱਚੀ ਉੱਚੀ ਰੋਣ ਲੱਗੀ ਕਹਿਣ ਲੱਗੀ ਨਹੀਂ ਨਹੀਂ ਮੈਂ ਨਾ ਪੇਪਰਾਂ ਤੇ ਦਸਖਤ ਨਹੀਂ ਕਰ ਸਕਦੀ ਕਿਉਂਕਿ ਮੇਰੇ ਕੋਲ ਇਹ ਹੱਕ ਨਹੀਂ ਹੈ ਡਾਕਟਰ ਤੇ ਨਰਸਾਂ ਸਾਰੇ ਉਹਦੇ ਮੂੰਹ ਹਲ ਵੇਖਣ ਲੱਗੇ ਸਾਰੇ ਉਹਨੂੰ ਸਮਝਾਉਣ ਲੱਗੇ ਫਾਸਲਾ ਦੇ ਕੇ ਰੋਂਦੀ ਨੂੰ ਚੁਪਕਰਾਉਣ ਲੱਗੇ ਰੋਂਦੀ ਰੋਂਦੀ ਰਾਣੀ ਨੇ ਆਪਣੇ ਫੋਨ 'ਤੇ ਇੱਕ ਨੰਬਰ ਕੱਢਿਆ ਉਹਨੂੰ ਮਲਾਉਣ ਲੱਗੀ ਅਜੇ ਉਹਨੇ ਨੰਬਰ ਮਲਾਇਆ ਹੀ ਨਹੀਂ ਸੀ ਕਿ ਉਹਨੂੰ ਅੰਕਲ ਦੇ ਨਾਲ ਕੀਤਾ ਵਾਦਾ ਯਾਦ ਆਇਆ ਉਹਨੇ ਬਗੈਰ ਕਿਸੇ ਨੂੰ ਫੋਨ ਕੀਤੇ ਹੀ ਆਪਣਾ ਫੋਨ ਬੰਦ ਕਰ ਦਿੱਤਾ ਉਹ ਨਰਸਿੰਗ ਸਟੇਸ਼ਨ ਤੇ ਲੱਗੇ ਵੱਡੇ ਕਾਊਂਟਰ ਉੱਪਰ ਆਪਣਾ ਸਿਰ ਰੱਖ ਕੇ ਰੋਣ ਲੱਗੀ ਅਚਾਨਕ ਉਹ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਅੰਕਲ ਉਹਦੇ ਪਿੱਛੇ ਉਹਦੇ ਮੋਢੇ ਤੇ ਹੱਥ ਰੱਖੀ ਖੜਾ ਹੋਵੇ ਤੇ ਆਖ ਰਿਹਾ ਹੋਵੇ ਕਰਦੇ ਪੁੱਤ ਦਸਖਤ ਤੂੰ ਤੂੰ ਸਾਡੀ ਧਰਮ ਦੀ ਧੀ ਹੈ ਸਾਨੂੰ ਤੇਰੇ ਤੇ ਪੂਰਾ ਵਿਸ਼ਵਾਸ ਹੈ ਧੰਨਵਾਦ